ਸਸਰੀਕਾਲ ਜੀ, ਕੀ ਹਾਲ ਚਾਲ ਸਾਰਿਆਂ ਨੂੰ। ਆਪਣੇ YouTube ਚੈਨਲ ਤੇ ਆਪਣੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਆ। ਨਾਲ ਅੱਜ ਆਪਣੇ ਸੈਨਾ ਮੈਨਾ ਬਹੁਤ ਆ, ਵੇਖੋ ਗੱਡੀ ਫੁੱਲ ਬੜਾ ਫੁੱਲ। ਤੇ ਅੱਜ ਚੱਲੇ ਆ ਚੱਕੀ ਦੀ, ਚੱਕੀ ਦੱਸ ਓਏ ਚਿੱਟੀ ਪੱਗ ਬਚਾਉਣ। ਚਿੱਟੀ ਪੱਗ ਬਚਾਉਣ ਪਤਾ ਨੀ, ਉੱਥੇ ਪੇਜ ਪੇਜ ਅਸੀਂ ਕੱਲਾ ਕੱਲਾ ਘਰ ਆਉਣਾ ਵਾ, ਪਰ ਅਸੀਂ ਚੱਲੇ ਆ ਉੱਥੇ। ਕੋਈ ਗੱਲ ਨੀ, ਬਚ ਗਈ ਜੀ ਆਪਾਂ ਚੱਲ ਗਏ ਉੱਥੇ, ਫਿਰ ਆਪੇ ਬਾਜੀ ਗਈ ਆ ਜਿੱਤਾ। ਹੋਰ ਕੈਮ ਆ ਸਾਰੇ, ਮਾਰੋਗੇ ਜੋਰ? ਤਣਾ ਦੀ ਕੋ ਨਹੀਂ ਹੁੰਦਾ ਭਾਊ, ਮਾਰਾਂਗੇ ਅਸੀਂ ਤਾਂ ਬਾਹਰ ਖਲੋ ਕੇ ਮਾਰਦਾ, ਜੋਰ ਤਾਂ ਤੁਸੀਂ ਮਾਰਨਾ। ਵੇਖੀ ਦਸ ਤਾਂ ਪਾਲਾਂਗੇ ਅਸੀਂ ਤਾਂ ਵੀਰ ਜੀ, ਸਿਰਾ ਕਰ ਦਾਂਗੇ ਤਮਾਸ਼ਾ ਦੇਖਣ ਹੀ ਚੱਲੇ। ਪੱਲੇ ਕਿੱਦਾਂ? ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ ਗੱਜਣ ਕਿੱਦਾਂ? ਆਪਣੇ ਵਧੀਆ ਭਾਣ ਜੀ। ਅੱਜ ਆਪਣੀ ਡੇਰੇ ਦੀ ਟੀਮ ਹੀ ਆ ਨਾ, ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਦੇ ਕੌਣ ਕੌਣ ਆਪਣੇ ਨਾਲ? ਅੱਜ ਰੇਡਰ ਜਾਪੀ, ਡੇਰਾ ਬਾਬਾ ਨਾਨਕ ਰੇਡਰ, ਰੇਡਰ ਜਾਪੀ ਕੌਣ ਕੌਣ ਆ? ਜਾਪੀ ਕਿਹੜੇ ਕਿਹੜੇ ਆ? ਜਾਫੀ ਰਾਜਾ ਭਲਵਾਨ ਨੀ, ਪੱਧਰੀ ਕਹਿ ਦਿਆ ਕਰੋ, ਪੱਧਰੀ ਪੱਧਰ ਹੀ ਕਰੀ ਜਾਂਦਾ, ਪੱਧਰ ਹੀ ਭਲਵਾਨ ਨੀ ਲੱਗਦਾ, ਲੱਗਦਾ ਨੀ ਯਾਰ। ਠੀਕ ਆ, ਨਹੀਂ ਹੋਇਆ ਹੁਣ ਪੱਟ ਪੁੱਟ ਕੀਤੇ ਗੈਮ ਨੇ, ਹਾਂ ਧਾਗਾ ਨੀ ਲੰਘਦਾ। ਠੀਕ ਆ, ਚਲੋ ਠੀਕ ਆ। ਕੋਈ ਆਪਾਂ ਤੁਹਾਨੂੰ ਰਾਹ ਚ ਜਿੱਦਾਂ ਅਗਲਾ ਪੱਤਾ ਮਾਰਦੇ ਜਾਂਦੇ ਆ, ਖੇਡ ਕਹਾਣੀ ਉਹਦੇ ਏਰੀਏ ਚੱਲੇ ਜਿਹੜਾ ਕਿਤੇ ਖੇਡ ਕਹਾਣੀ ਸੰਧੂਆ, ਸੰਧੂਆਂ ਦੇ ਏਰੀਏ ਚ ਚੱਲੇ, ਧੂਰੀ ਏਰੀਏ ਚ। ਮੈਂ ਤਾਂ ਖੇਡਦਾ ਨੀ, ਪਿੰਡ ਪੱਧਰ ਬਹੁਤ ਘੱਟ, ਚੱਕੀ ਦੇ ਬਹੁਤ ਹੀ ਜਿਆਦਾ, ਫਿਰ ਪਿਆਰ ਕਰਕੇ ਕਲੋਜ਼ ਕਰਕੇ ਨਾ ਕਹਿੰਦਾ ਵੀ ਮੇਰੇ ਸਾਰੇ ਹੀ ਸੱਜਣ ਮੈਨੂੰ ਜਵਾਬ ਦੇ ਗਏ ਆ, ਸੰਧੂ ਆ ਤੈਨੂੰ ਜਾਣਾ ਪੈਣਾ। ਤੇ ਫਿਰ ਮੈਂ ਕਿਹਾ ਚਲੋ ਅੱਜ 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 ਪੁਰਾਣੀ ਯਾਰੀ ਕੱਢ ਲਈਏ, ਚੱਕੀ ਨੇ ਰੁੱਸੇ ਸੱਜਣ ਬਣਾਏ ਅੱਜ, ਹਾਂ ਤੇ ਮੈਂ ਫਿਰ ਪੁਰਾਣੀ ਯਾਰੀ ਕੱਢੀ ਅੱਜ। ਫਿਰ ਮੈਂ ਕਿਹਾ ਫਿਰ ਵੇਖ ਹੁੰਦੇ ਆ ਕੀ ਭਾਅ ਵਿਕਦੀ ਯਾਰੀ, ਫਿਰ ਵੇਖੀ ਜਾਓ ਲੱਗ ਜੂ ਪਤਾ। ਹਮ ਯਾਰ ਪੁਰਾਣੇ ਹੀ ਆਏ ਨੇ ਮੇਰੇ, ਫਿਕਰ ਨਾ ਕਰੋ, ਚਲੋ ਆਉਜ ਲੱਗ ਜਾਣਾ ਲੋਕਾਂ ਨੂੰ ਪਤਾ। ਠੀਕ ਆ ਜੀ, ਦੱਸ ਦੇ ਜੇ ਕਹਿੰਦੇ ਤੇਰੇ ਨਾਲ ਧੋਖਾ ਕੀਤਾ, ਆਹ ਮੈਚ ਇਹਨੇ 2.5 ਮਹੀਨੇ ਪਹਿਲਾਂ ਦਾ ਪੜਿਆ, ਇਹਦੇ ਸਾਰੇ ਬੰਦੇ ਭੱਜ ਗਏ, ਪਹਿਲਾਂ ਦੇ ਬੰਦੇ ਗਏ ਆ ਭਰਾ, ਆਦੋ ਮੁੱਕਰ ਗਏ ਆ। ਅਜੇ ਅਜੇ ਮੰਨ ਲਾ ਵੀ ਕਬੱਡੀ ਵਾਲੇ ਬੰਦੇ ਚੰਦ ਰਹਿ ਗਏ ਨੇ, ਜਿਹੜੇ ਮੰਨ ਲਾ ਵੀ ਕੋਈ ਜਬਾਨ ਵਾਲੇ ਹਨਾ, ਨਹੀਂ ਤੇ ਮੰਨ ਲਾ ਜਿੱਦਾਂ ਹੁਣ ਬੰਦਿਆਂ ਦਾ ਕੀ ਨਾਂ ਲੈਣਾ ਵਾ, ਇੱਕ ਕੱਲ ਬੰਦੇ ਨੂੰ ਨਾਂ ਲੈ ਦੇ, ਨਸ਼ਰ ਕਰਦੇ ਨਾਂ ਆਪਣੇ ਸਾਰੇ ਚਾਰ ਆਪਣੇ ਚੈਨਲ ਤੇ ਕਰ ਸਕਦੇ ਆ। ਕੱਲ ਇੱਕ ਬੰਦੇ ਨੂੰ ਫੋਨ ਕੀਤਾ, ਪਹਿਲਾਂ ਮੈਨੂੰ ਹਾਂ ਕਰਕੇ, ਹਾਂ ਪਹਿਲਾਂ ਮੈਨੂੰ ਕਰਕੇ ਹਾਂ, ਹਾਂ ਤੇ ਮਗਰੋਂ ਆਂਦਾ ਵੀ ਪਹਿਲਾਂ ਮੈਨੂੰ ਆਂਦਾ ਕਿਹੜੇ ਕਿਹੜੇ ਬੰਦੇ ਆ ਨਾਲ, ਹਾਂ ਜਦੋਂ ਬੰਦਾ ਬੰਦੇ ਪੁੱਛਣ ਡਿਆ ਉਦੋਂ ਸਮਝ ਲਓ ਪੈਰ ਥਿਰਕ ਗਏ ਆ, ਹਾਂ ਹਨਾ, ਤੇ ਉਦੋਂ ਚੰਗੀ ਟੀਮ ਦਾ ਕਹਿੰਦਾ ਹੋਰ ਕਿਤੇ ਫੋਨ ਆ ਗਿਆ, ਭਾਊ ਨੀ ਉਧਰ ਨੂੰ ਚਲ ਗਏ, ਹਾਲਾਂਕਿ ਉਹ ਬੰਦੇ ਸਾਡੇ ਪੂਰੇ ਮਤਲਬ ਵੀ ਕਲੋਜ਼, ਆਪਾਂ ਉਹਨਾਂ ਨਾਲ ਖਲੋਨੇ ਆ ਵੀ ਜਿੱਥੇ ਕੀਤੇ ਆ। ਉਹ ਬੰਦਾ ਮੈਨੂੰ ਉਸ ਵੇਲੇ ਜਵਾਬ ਦੇ ਗਿਆ, ਮੈਂ ਕੋਈ ਚੱਕਰ ਨੀ ਆ, ਮੈਂ ਮਿਲਾ ਦਾ ਤਗੜਾ ਹੋ, ਕਿਹੜੀ ਗੱਲ ਆ ਚੱਕੀ, ਕੋਈ ਗੱਲ ਨੀ, ਜਿੱਦਾਂ ਮੂਡ ਚ ਆ ਜਾਈਏ ਅਸੀਂ ਆਪ ਹੀ ਚੰਗੀਆਂ ਟੀਮਾਂ ਬਣਾ ਲਈਆਂ। ਗੱਲ ਸੁਣ, ਗੱਲ ਇਹ ਆ ਵੀ ਜੇ ਮੰਨ ਲਾ ਆਪਾਂ ਜਬਾਨ ਕਰ ਲਈ ਆ ਨਾ, ਆਪਣਾ ਇਹ ਹਿਸਾਬ ਆ ਭਾਊ, ਭਾਵੇਂ ਉੱਥੇ ਕੋਈ ਵੀ ਨਾ ਪਹੁੰਚੇ, ਕੱਲੇ ਹੀ ਚੱਲ ਜਾਈਏ, ਮੇਰੇ ਤੂੰ ਕਈਆਂ ਮੈਚਾਂ ਦੇ ਵਿੱਚ ਮੈਨੂੰ ਵੇਖਿਆ ਹੋਊਗਾ ਬੰਦਿਆਂ ਬੰਦਿਆਂ ਨਾਲ, ਤੂੰ ਆਪਣੇ ਮਾਝੇ ਦੇ ਵਿੱਚ ਜਿੰਨੀਆਂ ਟੀਮਾਂ ਬਣਦੀਆਂ ਨੇ, ਕਿਸੇ ਬੰਦੇ ਨੂੰ ਪੁੱਛ ਲਏ ਵੀ ਅੱਜ ਤੱਕ ਕਿਸੇ ਨੂੰ ਜਵਾਨ ਕਰਕੇ ਜਵਾਬ ਦਿੱਤਾ ਹੈ ਜਾਂ ਕਿਤੇ ਗੋਲੀ ਦਿੱਤੀ ਹੈ, ਆਪਾਂ ਦੇਣ ਦਾ ਰਹੇ ਸਾਰੇ ਮਾਝੇ ਚ ਕੋਈ ਬੰਦਾ ਇੱਕ ਕੱਢ ਦਿਓ, ਇੱਕ ਬੰਦਾ ਕੋਈ ਤਾਂ ਕਰੇ ਭਾਈ। ਏਦਾਂ ਗੱਲ ਸੁਣ ਲਓ ਗੱਡੀ ਵਾਲਿਓ, ਨਾ ਕਰਿਆ ਕਰੋ, ਦਿਲ ਬਹੁਤ ਦੁਖਦਾ ਵਾ, ਦਿਲ ਨਹੀਂ ਦੁਖਦਾ, ਵਧੀਆ ਗੱਲ ਆ, ਅਕਲ ਆਉਂਦੀ ਆ। ਜਿੱਦਾਂ ਪੁਰਾਣੇ ਜਿੱਦਾਂ ਪੁਰਾਣੇ ਬੁੱਢੇ ਕਹਿੰਦੇ ਹੁੰਦੇ ਸੀ, ਜੇ ਕੋਈ ਸੰਦ ਲੈਣਾ ਗੱਡੀ ਗੁੱਡੀ ਲੈਣੀ ਆ, ਇਹਨੂੰ ਲੈ ਜਾਓ ਆ ਬਾਪੂ ਨੂੰ ਲੈ ਜਾਓ ਨਾਲ, ਵੀ ਉਹਨੇ ਦੁਨੀਆ ਪਰਖੀ ਹੁੰਦੀ, ਹੁਣ ਤੂੰ ਪੁਰਾਣਾ ਬਜ਼ੁਰਗ ਬਣ ਡਿਆ ਹੌਲੀ ਹੌਲੀ। ਨਹੀਂ ਨਹੀਂ ਬੰਦਾ ਏਦਾਂ ਸਿੱਖਦਾ ਹੈ ਨਾ ਹੌਲੀ ਹੌਲੀ, ਫਿਰ ਠੋਕਰਾ ਖਾ ਖਾ ਗੋਲ ਹੁੰਦਾ। ਹੋਰ ਕੋਈ ਮੰਨ ਲਾ ਕੋਈ ਹੋਰ ਬੰਦਾ ਕਰ ਜੇ ਨਾ, ਜਿਹੜਾ ਬੰਦਾ ਨਾਲ ਆ ਕੇ ਨਹੀਂ ਨਹੀਂ ਮੈਂ ਆਪਾਂ ਏਦਾਂ ਉਦਾਂ ਦੇ, ਉਹੀ ਬੰਦੇ ਏਦਾਂ ਕਰ ਜਾਣ ਕੀ ਆਂਦੇ ਹੁੰਦੇ ਵੀ ਜਦੋਂ ਫਿਰ ਆਪਣੀ ਚੋਟ ਮਾਰਦੇ ਆ ਨਾ,
ਉਹਦੇ ਦੁੱਖ ਲੱਗਦਾ ਹੈ, ਦੁੱਖ ਲੱਗਦਾ ਕੋਈ ਬਗਾਨਾ ਕਰਦੇ ਸੌ ਵਾਰੀ ਕਰਦੇ, ਜਿੱਦਣ ਅਸੀਂ ਚੋਟਾ ਮਾਰੀਆਂ ਤੇ ਉਦਣ ਫਿਰ ਕੀ ਬਣਨਾ। ਚੰਦ ਬੰਦੇ ਰਹਿ ਗਏ ਕੌਡੀ ਚ 10-15% ਕਦੀ ਯਾਰ ਵੀ ਓਦਾਂ ਚੱਲ ਬੰਦਾ ਖੇਡਣ ਦੀ ਗੱਲ ਹੁੰਦੀ ਆ ਵੀ ਕਿਸੇ ਨੇ ਕਹਿ ਦਿੱਤਾ ਸੱਜਣ ਇੱਧਰ ਚਲ ਗਿਆ ਇੱਧਰ ਚਲ ਗਿਆ, ਨਹੀਂ ਓਦਾਂ ਤੈਨੂੰ ਪਤਾ ਨੀ ਭਾਵੇਂ ਕਰਦੀਆਂ ਫੋਨ ਕਰਦੀਆਂ ਰਹਿਣਾ ਆਪਣਾ ਇੱਕ ਕਢਾਣੀ ਗਲਾ 14 ਨੂੰ ਮੈਚ ਆ ਖੇਡਣਾ ਆਪਾਂ ਸਾਰਿਆਂ ਨੇ, ਨਹੀਂ 14 ਵਾਲੀ ਨੂੰ ਮਾਨਤਾ ਢਾਡਾ ਫੁੱਲ। ਮੇਰੀ ਗੱਲ ਸਨੀ ਕਢਾਣੀ ਵਾਲੇ ਦਾ ਫੋਨ ਆਇਆ ਵੀ ਜਿੰਨੇ ਪੈਸੇ ਮੰਗੋਗੇ ਉਨੇ ਦੇ ਦਾਂਗੇ, ਕਢਾਣੀ ਖੇਡੇ ਆ ਪਿਛਲੀ ਵਾਰੀ ਧੱਕ ਪਾਦਾਂਗੇ, ਵੱਡੇ ਵੱਡੇ ਕਹਿੰਦੇ ਸ਼ੀਲਡਾਂ ਵੀ ਬਣਾ ਕੇ ਦਊਂਗਾ ਸਨੀ ਭਰਾ, ਤੇਰੀ ਪ੍ਰਮੋਸ਼ਨ ਕਰਤੀ ਉਹ ਨਾਲ ਮੇਲੇ ਦੀ, ਬਾਕੀ ਗੱਲਾਂ ਤੇ ਛੱਡ, ਗੱਲ ਬੰਦੇ ਦੀ ਭਾਊ ਜਵਾਨ ਹੋਣੀ ਚਾਹੀਦੀ ਆ, ਗੱਲ ਹੋਰ ਕੁਛ ਵੀ ਨਾ ਆਏ ਭਾਵੇਂ, ਕੱਲੀ ਜਵਾਨ ਬੰਦੇ ਦੀ ਹੋਏ ਤੇ ਬੰਦਾ ਜਿੱਥੇ ਮਰਜ਼ੀ ਖਲੋਦਾ ਬੰਦਾ ਕਿਸੇ ਗੜੀ ਅੱਖਾਂ, ਪਰ ਇੱਥੇ ਏਡੇ ਬਸ਼ਰਮ ਲੋਕ ਆ ਤਾਂ ਵੀ ਨੀ ਮੰਨਦੇ ਕਿਸੇ ਨੂੰ ਸਾਰਾ ਕੁਛ ਕਰਕੇ ਵੀ, ਉਸੇ ਤਾਂ ਵੀ ਮਗਰੋਂ ਕਹਿਣਾ ਵੀ ਨਹੀਂ ਅਸੀਂ ਸਹੀ ਆ ਜੀ ਅਸੀਂ ਸਹੀ ਆ, ਤੇ ਫਿਰ ਇਹੋ ਜਿਹਾ ਕੀ ਮਥਾ ਮਾਰਨਾ, ਫਿਰ ਕਿਤੇ ਸਮਾਂ ਇਹਦੇ ਫਿਰ ਦੱਸ। ਵੇਖ ਲਓ ਮੇਰੀ ਗੱਲ ਸੁਣ ਲਓ, ਚੱਕੀ ਦੀ ਆਵਾਜ਼ ਕਿੰਨੀ ਮੱਧਮ ਹੋ ਗਈ ਅੱਜ, ਕਿੰਨਾ ਵਿੱਚ ਇਹਦੇ ਦੁਰਾਗ ਲੱਗ ਰਿਹਾ ਵਾ, ਬਹੁਤ ਅੱਜ ਤੰਗ ਗਿਆ ਵਿਚਾਰਾ। ਚਲੋ ਏਦਾਂ ਨਾ ਕਰਿਆ ਕਰੋ, ਵੇਖਿਆ ਕਿਦਾਂ ਖੜਕਦਾ ਚੁਲਬੁਲਾ ਪਾਨ ਦਾ ਤੁਸੀਂ ਸਾਰਾ ਖੋਹ ਲਿਆ, ਜਿਹਨੇ ਵੀ ਕੀਤਾ ਧੱਕਾ ਕੀਤਾ ਨਾ ਕਰਿਆ। ਨਹੀਂ ਨਹੀਂ ਮੈਂ ਤੈਨੂੰ ਦੱਸਣ ਡਿਆ ਵੀ ਧੱਕਾ ਕਾਹਦਾ ਕਰਨਾ ਵਾ, ਗੱਲ ਦੀ ਵੀ ਆਪਾਂ ਜਿੱਦਾਂ ਦਾ ਬੰਦਾ ਆਪ ਹੋਏ ਨਾ ਉਦਾਂ ਦੇ ਅੱਗੋਂ ਮਿਲ ਜਾਣ ਤੇ ਫੇਰ ਬੰਦੇ ਨੂੰ ਹੁੰਦਾ ਚੱਲ ਕੋਈ ਗੱਲ ਨੀ ਹਨਾ, ਆਪਾਂ ਆਪ ਅਜੇ ਤੱਕ ਮਤਲਬ ਵੀ ਕਰਕੇ ਜ਼ਬਾਨ ਅੱਜ ਤੱਕ ਨੀ ਕਿਸੇ ਨੂੰ ਜਵਾਬ ਦਿੱਤਾ, ਅੱਜ ਤੱਕ ਇੱਕ ਬੰਦਾ ਕਹਿੰਦੇ ਵੀ ਇੱਕ ਵਾਰੀ ਵੀ ਮੈਂ ਜਾਂ ਜੱਸਾ ਸਾਡਾ ਪੂਰਾ ਆ ਗਿਆ ਰਾਤੀ, ਤੂੰ ਮੈਨੂੰ ਫੋਨ ਤੇ ਕੀਤਾ ਮੈਂ ਤੈਨੂੰ ਜਵਾਬ ਦੇ ਦੇਣ ਲੱਗਾ, ਤੂੰ ਮੈਨੂੰ ਕਿਹਾ ਸੀ ਵੀ 9 ਵਜੇ ਤਿਆਰ ਹੋ ਜੀ, ਮੈਂ 9 ਵਜੇ ਮੈਂ ਨੀ ਉੱਠਣਾ, 9 ਵਜੇ ਖਾ ਲਿਆ ਵਾ ਨਹੀਂ ਉੱਠਣਾ ਦੇ, ਪਰ ਗੱਲ ਇਹ ਆ ਵੀ ਚੱਲ ਤੈਨੂੰ ਤੇ ਮੌਕੇ ਤੇ ਗਿਆ, ਤੈਨੂੰ ਮੰਨ ਲਾ ਹੁਣ ਕੁਝ ਭਾਵੇਂ ਮਹੀਨਾ ਪਹਿਲਾਂ ਕੋਈ ਪਿੰਡ ਵਾਲਾ ਫੋਨ ਕਰਦਾ ਤਾਂ ਵੀ ਨੀ ਜਾਂਦਾ, ਹੁਣ ਵੀ ਚੱਲ ਮੇਰੇ ਕਰਕੇ ਚੱਲ ਚੱਲਿਆ, ਤੈਨੂੰ ਮੈਂ ਭਾਵੇਂ ਮੌਕੇ ਤੇ ਕਹਿਤਾ, ਮੌਕੇ ਤੇ ਮੰਨਦਾ ਹੁਣ ਜੇ ਕਿਸੇ ਪਲੇਅਰ ਨੂੰ ਕਹੀ ਉਹ ਨੀ ਗਾ ਜਾਂਦਾ ਜੇ ਸੱਚਾਈ ਆ ਜਿਹੜੀ ਕਿ ਨਹੀਂ, ਪਿੰਡ ਵਾਰ ਦਾ ਹੀ ਬੜਾ ਹੁੰਦਾ ਮੈਂ ਤਾਂ ਨੀ ਜਾਂਦਾ। ਹੁਣ ਆਪਾਂ ਵੇਖ ਲਾ ਤੁਸੀਂ ਸਵੇਰੇ ਕਿੰਨੇ ਵਜੇ ਤੇ ਤੁਰੇ, ਮੈਂ 6 ਵਜੇ ਦਾ ਘਰੋਂ, 6 ਵਜੇ ਦੇ ਉਦੋਂ ਡੇਰੇ ਵੱਲੋਂ ਤੁਰੇ ਆ, ਅੱਜ ਜ਼ਿਆਦਾ ਪੱਗ ਜ਼ਰੂਰੀ ਤਾਂ 6 ਵਜੇ ਤੁਰੇ ਆਏ। ਹਾਂ ਤੇ ਹੁਣ ਆਪਾਂ ਨੂੰ ਮੰਨ ਲਾ ਜੇ ਫਾਈਨਲ ਚ ਪਹੁੰਚ ਗਏ ਫਿਰ ਤਾਂ ਕੱਲ ਸਵੇਰੇ ਹੀ ਆਵਾਂਗੇ, ਪਰ ਜਿਹੜੇ ਬੰਦੇ ਮੈਂ ਨਾ ਟੀਮਾਂ ਬਣਾਉਂਦੇ ਨੇ ਨਾ ਜਿੱਦਾਂ ਮੱਲਾ ਭਲਵਾਨ ਜੱਸ ਹੋ ਗਿਆ ਜਾਂ ਜਿਹੜੇ ਜਿਹੜੇ ਟੀਮਾਂ ਦੇ ਮੇਨ ਮੇਨ ਬੰਦੇ ਜਿਹੜੇ ਟੀਮਾਂ ਬਣਾਉਂਦੇ ਨੇ ਉਹ ਮੈਂ ਨਾ ਉਹਨਾਂ ਦਾ ਧੰਨ ਨੇ ਵੀਰੋ, ਉਹਨਾਂ ਦਾ ਮਾਨ ਸਨਮਾਨ ਹਰ ਮੇਲੇ ਚ ਹੋਣਾ ਚਾਹੀਦਾ ਵਾ, ਨਹੀਂ ਟੀਮ ਬਣਾਉਣੀ ਪੜੀ, ਟੀਮ ਬਣਾਉਣੀ ਜਿਹੜੀ ਆ ਖੇਡਣ ਉਹ ਵੱਧ ਔਖੀ, ਭਾਊ ਕੇ ਮੇਲੇ ਦੇ ਵਿਚ ਆਂਦਾ ਵੀ ਜੇ ਕਿਤੇ ਆਂਦਾ ਵੀ ਡੀਜੇ ਵਾਲਾ ਕਹਿਣਾ ਹੈ ਨਾ ਵਿਆਹ ਚ ਤੇ ਉਹਨੂੰ 20 ਰੁਪਇਆ ਕੀਤਾ ਵਾ, ਮੈਂ ਤੇ ਫਿਰ 12 ਪਰੌਣੇ ਲਿਆਉਣੇ ਉਹ ਵੀ ਬਿਨਾ ਕੁੜੀ ਤੋਂ, ਉਹ ਮੈਂ ਕਿੱਦਾਂ ਆਂਦਾ ਲਿਆਉਣੇ ਆ, ਹੁਣ ਇੱਕੋ ਕੋਈ ਹੱਥ ਲਾਓਗੇ ਤੇ ਫੇਰ ਹੀ ਆ ਗੱਲ ਉਹਦੀ ਠੀਕ ਆ, ਜੇ ਮਨ ਲੱਗੇ ਨੇ ਵਿਆਹ ਚ ਡੀਜੇ ਵਾਲਾ ਵੀ ਕਹਿਣਾ ਤਾਂ ਵੀ 20 ਦਿਨ ਪਹਿਲਾਂ ਸਾਈ ਦਿੰਦਾ ਕੋਈ ਦਿਨ ਦੇ ਦੇਣ ਤੂੰ ਕਹਿਣ ਡੇ ਜੇ ਅੱਜ ਸਮਝ ਲਾ ਵੀ ਤੈਨੂੰ ਵੀ ਦਿਨ ਦੇ ਦੇਣ ਹੀ ਲਿਆਂਦਾ ਵਾ, ਬਾਕੀ ਭਰਾ ਤੇਰੀ ਸ਼ਾਬਾਸ਼ ਠੀਕ ਆ।
ਦੋ ਤਿੰਨ ਬੰਦੇ ਹੈਗੇ ਆ ਬਿੱਲਾ ਤੇ ਮੱਘਾ ਤੇ ਸ਼ੰਕਰ 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 ਚੱਲ ਸ਼ੰਕਰ ਵੀ ਚੱਲ ਹੈਗਾ ਪਰ ਆਪਣਾ ਹਿਸਾਬ ਤਾਂ ਵੇਖ ਕੇ ਕਹੀਦਾ ਵਾ ਬਾਕੀ ਇਹ ਬੰਦੇ ਤੇ ਆਇਆ ਵੀ ਬਾਹੂ ਫੜ ਕੇ ਜਦੋਂ ਮਰਜ਼ੀ ਲੱਲੀ ਦੇ ਵੀ ਚੱਲ ਉੱਠ ਲੱਲੀ ਨੀ ਹੈ ਭਰਾ ਨੇ ਲੱਲੀ ਹੋਣਗੇ ਉਸਤਾਦ ਕਿਹੜਾ ਏਰੀਆ ਹੈ ਪਿੰਡ ਹਮ ਤੋਂ ਭਰਾ ਹੈ ਅੱਛਾ ਆਪਾਂ ਜਾਣਾ ਕਿੱਥੇ ਆ ਧੂਰੀ ਕਿੰਨਾ ਕਰਾਇਆ ਗਿਆ ਕਰਾਲਾ ਫਿਰ ਮਾਲ ਚ ਪਹੁੰਚ ਗਏ ਆਪਾਂ ਚੱਕੀ ਮਹਾਰਾਜ ਕੋ ਸਾਹਿਬ ਕਿੱਥੇ ਆਏ ਅਸੀਂ ਪਿੰਡ ਤੇ ਦੱਸ ਹਸਨਪੁਰ ਸਮਾਧੀ ਤੇ ਬੈਠਾ ਅੱਧਾ ਰਾਜੇ ਰੈਡੀ ਫਿਰ ਰਾਜੇ ਤੂੰ ਵੀ ਬਾਮਾ ਮਲੀ ਜਾਂਦਾ ਯਾਰ ਠੰਡ ਲਾਉਂਦੇ ਨਾ ਹੁਣ ਤੇ ਧੁੱਪ ਲੱਗੀ ਹੋਵੇ ਸੂਰਜ ਵੇ ਚੜਾ ਦਈਏ ਜਹਾਜ ਹੈ ਪਿੰਡੋ ਨਾ ਏਦਾਂ ਬਾਹਵ ਖਾਰਦਾ ਹੁੰਦਾ ਕਿਤੇ ਡਿਮਾਂਡ ਤੇ ਹੈਗੀ ਡਿਮਾਂਡ ਤੇ ਹੈਗੀ ਹੁਣ ਜਦੋਂ ਉੱਥੇ ਗਏ ਹਨ ਅਗਲੇ ਆਖਣ ਡੇ ਵੀ ਹਾਂ ਵੀ ਸ਼ੰਕਰ ਆਇਆ ਕਿ ਨੀ ਆਇਆ ਦੋ ਤਿੰਨ ਵਾਰੀ ਚੱਕੀ ਭਲਵਾਨ ਨੂੰ ਪੁੱਛਿਆ ਇਹਨਾਂ ਨੇ ਜਹਾਜ਼ ਬਣਾ ਦੇ ਅਮਦੇ ਇਹਨੂੰ ਕਹਿ ਚੱਕੀ ਨੂੰ ਨਹੀਂ ਕਿਹਾ ਵੀ ਤੂੰ ਆਇਆ ਤੇਰਾ ਧੰਨਵਾਦ ਨਹੀਂ ਉਹ ਤੇ ਚਲੋ ਸਵਾਗਤ ਤੇ ਕਰਨਾ ਹੀ ਹੁੰਦਾ ਹਰੇਕ ਦਾ ਪਰ ਚਲੋ ਇਹ ਆ ਕਿ ਨਹੀਂ ਡਿਮਾਂਡ ਦੀ ਗੱਲ ਕਹਿਣ ਡਿਆ ਵੀ ਮੌਕੇ ਤੇ ਅੱਜ ਡਿਮਾਂਡ ਪਿੰਡ ਵੱਲੋਂ ਜਾਂਦੀ ਹੈ ਰੁਸਤਮ ਜਾਫੀ ਆ ਬਾਕੀ ਸਾਡੇ ਜਾਫੀ ਆ ਉਹ ਖੜੇ ਅਜੇ ਰੈਡੀ ਫੈਡੀ ਹੋਣ ਦੇ ਵੀ ਪਲਾਨ ਤਿਆਰ ਕਰਦੇ ਆ ਕਿ ਇਹ ਤੇਰਾ ਜਹਾਜ਼ ਹੈ ਜਾਂ ਨਹੀਂ ਦਾਨ ਕਰਕੇ ਚੰਗਾ ਕੰਮ ਕਰਕੇ ਕੀ ਹੋ ਜਾਊਗਾ ਆਹ ਦੇਖੋ ਅੱਛਾ ਸਾਡਾ ਭਰਾ ਜੇ ਚੰਗੇ ਕੰਮ ਕੀਤੇ ਸੀ ਤੇ ਭਰਾ ਕਿਤੇ ਵਿੱਚ ਕੋਈ ਝਰੀਟ ਤੱਕ ਨਹੀਂ ਆਈ ਆਸਟ੍ਰੇਲੀਆ ਹੁਣਾਂ ਵੱਲੋਂ ਅੱਜ ਦੋ ਢਾਈ ਤੋਂ ਲੇਟ ਚੱਲੂਗਾ ਜੀ
ਅਜੇ ਦੂਸਰਾ ਮੈਚ ਹੋਣ ਲੱਗਾ 7 ਵਜ ਗਏ ਅਜੇ ਤੇ ਚਾਲੂ ਕੀਤੇ ਆ ਤੇ ਜੇ ਮੈਨੂੰ ਖੇਡਣ ਦੇਣੇ ਸੀ ਉਧਰ ਤੁਸੀਂ ਮੈਚ ਤੇ ਇਧਰ ਲਾਏ ਹੈ ਤੇ ਬਲੋ ਅਜੇ ਮਾਲਵਾ ਤੇ ਤੁਹਾਨੂੰ ਦੁਨੀਆ ਪਿਆਰ ਕਰਦੀ ਨਾ ਡਿਮਾਂਡ ਤੇ ਆਏ ਤੁਸੀਂ ਅੱਜ ਧੂਰੀ ਦੀ ਧਰਤੀ ਦੀ ਦਰਸ਼ਕਾਂ ਨੂੰ ਵਿਖਾ ਦਈਏ ਕਿ ਫੁੱਲ ਹਨੇਰਾ ਹੋ ਗਿਆ ਮੈਂ ਗੱਡੀ ਬੈਠੀ ਆ ਤੇ ਮੈਂ ਕਿਹਾ ਦੂਜਾ ਵੀ ਸ਼ੁਰੂ ਹੋਇਆ ਅੱਡਾ ਹੁਣ ਭਗਵਾਨ ਨੇ ਜਿੰਨਾ ਚਿਰ ਅਗਲੀ ਵਾਰ ਕਿਤੇ ਆਉਣਾ ਨੀ ਖੇਡਣਾ ਉਨਾ ਚਿਰ ਉਨਾ ਚਿਰ ਸ਼ੰਕਰ ਭਗਵਾਨ ਸ਼ੰਕਰ ਭਗਵਾਨ ਦੇ ਰਹਿਣੇ ਜਿੰਨਾ ਚਿਰ ਅਗਲੇ ਟੂਰਨਾਮੈਂਟ ਤੇ ਨੀ ਆਉਣਾ ਵੀ ਇੱਥੇ ਸ਼ੰਕਰ ਸੰਧਵਾ ਖੇਡ ਕੇ ਗਿਆ ਨਹੀਂ ਨਹੀਂ ਚਲੋ ਹਸਨਪੁਰ ਦੀ ਧਰਤੀ ਦੇਖਿਆ ਨੀ ਇੱਥੇ ਦੇ ਲੋਕਾਂ ਨੇ ਏਰੀਏ ਨੇ ਜਦੋਂ ਮੰਨ ਲਓ ਅੱਜ ਸ਼ੰਕਰ ਸੰਧਵਾ ਆਇਆ ਇੱਧਰ ਨਵੇਂ ਤਾਂ ਸਾਡੇ ਏਰੀਏ ਦਾ ਖੇਡਦਾ ਹੀ ਰਹਿੰਦਾ ਲਾਗੇ ਬੰਨੇ ਚਲੋ ਅਗਲੀ ਰੇਲ ਪਾਉਣ ਦੇ ਲਈ ਮਾਤਾ ਗੁਰਦਾਸ ਕੌਰ ਦਾ ਪੁੱਤਰ ਫਿਰ ਮੈਦਾਨ ਦੇ ਵਿੱਚ ਸੁਖਵਿੰਦਰ ਸਿੰਘ ਕਾਲਾ ਧਨੌਲੇ ਵਾਲਾ ਸੰਧੂ ਪਰਿਵਾਰ ਦਾ ਪੁੱਤ ਫੜ ਗਿਆ ਮੇਰੇ ਵੀਰੋ ਹੋਰ ਸਾਹਮਣੇ ਕਹਿੰਦੇ ਕਾਲੇ ਦੀ ਕਬੱਡੀ ਪੈ ਰਹੀ ਹੈ ਤੇ ਚੱਲ ਕਾਲਿਆ ਧਨੌਲੇ ਪਿੰਡ ਮਾਰਿਆ ਉਹ ਮੁੱਲਾ ਚ ਪੈਣਾ ਪਾਰਨਾ ਵਿੱਚ ਚੌਲ ਨੇ ਸਕੀਮਾਂ ਦੱਸੀਆਂ ਕਿੱਥੇ ਕਿੱਥੇ ਟੱਚ ਮਾਰਨਾ ਨੀਕੇ ਚੌਲ ਨੇ ਸਕੀਮਾਂ ਦੱਸੀਆਂ ਫੌਜੀ ਛੱਡਣ ਵਾਲੇ ਕਹਿੰਦੇ ਵੀ ਮੰਗੀ ਦੇ ਦੋ ਜਫੇ 11,000 ਗੱਜਣ ਤੇ ਮੰਗੀ ਤੇ ਗੱਜਣ ਪੁਆਇੰਟ ਡੇਰਾ ਬਾਬਾ ਕਬੱਡੀ ਪੈ ਗਈ ਅਮਰੀਕ ਕਹਿੰਦਾ ਵੀ ਉਹ ਇਲਾਕਾ ਕਬੱਡੀ ਦੇ ਬੱਬਰ ਸ਼ੇਰਾਂ ਦਾ ਉਹ ਇਲਾਕਾ ਕਹਿੰਦਾ ਮੇਰੇ ਵੀਰੋ ਵੱਡੇ ਸਾਹਿਤਕਾਰਾਂ ਦਾ ਇੱਕ ਪਾਸੇ ਮੰਗਤ ਸਿੰਘ ਮੰਗੀ ਹੈ ਦੂਜੇ ਪਾਸੇ ਸਰੀ ਕਾਲੇ ਸੰਗਿਆ ਵਾਲਾ ਹੈ ਔਰ ਭਰਾਤੋਂ ਦਾ ਕਬੱਡੀ ਸੰਧਵਾ ਦੀ ਚਰਚਾ ਹੁੰਦੀ ਹੈ ਖੇਡੇ ਬੱਗਿਆਂ ਦੇ ਮੰਗੀ ਦੀ ਟੀਮ ਕਰੀ ਗਲੋਬਲ ਕਬੱਡੀ ਲੀਗ 2018 ਦੇ ਵਿੱਚ ਗੱਲਾਂ ਹੋਈਆਂ ਹੈ ਇਹ ਕੈਲੀਫੋਰਨੀਆ ਦਾ ਬਾਜ ਬਣ ਕੇ ਉੱਡੇ ਹੈ ਕੈਲੀਫੋਰਨੀਆ ਇਗਲ ਨੇ ਵੀ ਕਬੱਡੀਆਂ ਪਾਈਆਂ ਚੰਦਰਾ ਬੁੱਲੀਆਂ ਦੇ ਵਿੱਚ ਮਸ਼ਕਰੀਆਂ ਕਰਦਾ ਫਿਰਦਾ ਉਹ ਸਾਹਮਣੇ ਕਹਿੰਦੇ ਕਾਲੇ ਦੀ ਕਬੱਡੀ ਪੈ ਰਹੀ ਹੈ ਕਰਨ ਕਹਿੰਦੇ ਵੱਡਾ ਵੀ ਕਰਨ ਕਿਨਾਰੀ ਆ ਵਿਸ਼ੇਸ਼ ਤੌਰ ਤੇ ਪਹੁੰਚੇ ਹੋਇਆ ਪਹਿਲਾਂ ਗੱਲ ਕੀਤੀ ਵੀ ਮਾਮਾ ਜੀ ਕਹਿੰਦੇ ਉਸ ਹਲਕੇ ਦੇ ਜਦੋਂ ਚਾਹੀਦਾ ਤੇ ਬਹੁਤ ਪਿਆਰ ਦਿੰਦੀ ਹੈ ਉਹ ਧਰਤੀ ਉਹ ਇਲਾਕਾ ਉਹ ਏਰੀਆ ਬਹੁਤ ਪਿਆਰ ਦਿੰਦਾ ਹੈ ਕਰਨ ਕਟਾਰੀਆ ਵੱਡਾ ਵੀ ਲਾਇਆ ਹੋਇਆ ਦਵਾਵਾਂ ਦੇ ਵੱਡੇ ਭਰਾ ਦੇ ਲਈ ਆਓ ਸਾਹਮਣੇ ਕਹਿੰਦੇ ਧਨੌਲੇ ਵਾਲਾ ਸ਼ੰਮੀ ਤੇ ਧਨੌਲੇ ਵਾਲਾ ਕਾਲਾ ਤੇ ਸ਼ੰਮੀ ਤੇ ਕਾਲਾ ਤੇ ਸ਼ੰਮੀ ਤੇ ਕਾਲਾ 2018 ਚ ਨਿਊਜ਼ੀਲੈਂਡ ਦੀ ਧਰਤੀ ਦੇ ਇਕੱਠੇ ਰਹੇ ਬਹੁਤ ਨਿੱਕੇ ਸਵਾਦਾ ਮੁੰਡਾ ਉਂਗੜੀ ਦੇ ਰੁਮਾਲ ਘੁਮਾਉਣ ਵਾਲੀ ਗੱਲ ਕਰੂਗਾ ਸਵਰਨਿਆ ਖੇਡ ਕਹਾਣੀ ਹੋਰ ਸ਼ੰਕਰ ਦੇ ਜਹਾਜ਼ ਬਣਾਊ ਮੇਰੇ ਮਿੱਤਰੋ ਸ਼ੰਕਰ ਦੇ ਜਹਾਜ਼ ਬਣਾਊ ਆਹ ਮੁੰਡਾ ਕਹਿੰਦੇ ਮਾਝੇ ਵਾਲਾ ਹੋ ਕਹਿੰਦੇ ਗੁਰਦਾਸਪੁਰੀਆ ਹੋ ਘੁਮਾਣਾ ਵਾਲਾ ਮੇਰੇ ਮਿੱਤਰੋ ਸ਼ੰਕੀ ਸੰਧੂ ਆਪਣੀ ਟੀਮ ਲਈ ਚੋਟੀ ਦਾ ਨੰਬਰ ਜੋੜਦਾ ਹੋਇਆ ਔਰ ਅਗਲੀ ਰੇਡ ਪਾਉਣ ਦੇ ਲਈ ਲੁਧਿਆਣੇ ਔਰ ਅਗਲੀ ਰੇਡ ਪਾਉਣ ਦੇ ਲਈ ਔਰ ਸ਼ੰਕਰ ਸੰਧੂ ਆ ਗਿਆ ਫੇਰ ਸੰਧੂ ਆ ਸ਼ੰਕਰ ਕਹਿੰਦੇ
ਸੰਧੂਆਂ ਦਾ ਪੁੱਤ ਮੇਰੇ ਵੀਰੋ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਸਟ੍ਰੇਲੀਆ ਦੀ ਧਰਤੀ ਦੇ ਬੱਲੇ ਬੱਲੇ ਕਰਵਾਈ, ਨਿਊਜ਼ੀਲੈਂਡ ਦੀ ਧਰਤੀ ਦੇ ਬੱਲੇ ਬੱਲੇ ਕਰਵਾਈ, ਉਹ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਬੱਲੇ ਬੱਲੇ ਕਰਵਾਉਣ ਵਾਲਾ, ਇੱਕ ਪਾਸੇ ਪਹਿਲੂ ਬਰਸਾਲਪੁਰੀਆ ਤੇ ਦੂਜੇ ਪਾਸੇ ਸ਼ੈਂਕੀ ਸੰਧੂ, ਜੇ ਪਾਸੇ ਔਲਖਾਂ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ, ਹੰਦਾ ਥੋੜੀ ਦੂਰ ਨੇ ਸਮਾਂ ਬੀਤਦਾ ਹੋਇਆ ਕਿੱਦਾਂ ਕਰਨਾ ਹਾਂ ਸਰ ਕਿੱਦਾਂ ਕਿਹੜਾ ਪਿੰਡ ਆ ਮੇਰਾ ਲੱਡਾ ਪਿੰਡ ਅੱਛਾ ਠੀਕ ਆ ਹੋਰ ਕੀ ਕਰਦਾ ਹੁਣ ਆਇਓ ਤੁਸੀਂ ਇੱਥੇ ਲੱਗ ਗਏ ਕਰਦਾ ਵੈਸੇ ਤਾਂ ਬਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਠੀਕ ਆ ਮੈਂ ਕਿ ਸਟਾਰ ਬਣੇਗਾ ਹੈ ਤੂਤਾ ਵੀ ਪਹਿਲਾਂ ਮੈਂ ਤੂਤੇ ਨਾਲ ਹੀ ਹੁੰਦਾ ਸੀ ਮਤਲਬ ਅੱਛਾ ਨਾਲ ਥੀਏਟਰ ਕੀਤਾ ਮੈਂ ਰਣਵੀਰ ਕਾਲਜ ਚ ਠੀਕ ਸੰਗਰੂਰ ਹੋਰ ਕੀ ਆਵਾਜ਼ਾਂ ਉਹਦੇ ਵੀ ਕੱਢਦੇ ਹੋ ਆਵਾਜ਼ਾਂ ਮੈਂ ਬਈ ਮਮਿਕਰੀ ਦੇ ਵਿੱਚ ਗੋਲਡ ਮੈਡਲਿਸਟ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੜੇ ਵਧੀਆ ਇਨਸਾਨ ਬੰਦ ਜਵਾਨੋ ਦੱਸ ਖਾ ਮੈਨੂੰ ਬਈ ਕਿੱਦਾਂ ਬੋਲੀ ਦਾ ਉਹ ਨੌ ਦਰਵਾਜੇ ਲੰਘ ਕੇ ਦੱਸਵਾ ਕਿੱਦਾਂ ਖੋਲੀ ਦਾ ਉਹ ਬਿਨਾ ਤੇਲ ਬਿਨ ਬੱਤੀਓ ਦੀਵਾ ਕਿੱਥੇ ਜਗਦਾ ਏ ਆ ਬੰਦ ਅੱਖਾਂ ਨਾਲ ਨਿਰਾਕਾਰ ਨੂੰ ਕਿੱਦਾਂ ਟੋਲੀ ਦੈ ਤੇ ਇੱਕ ਬਈ ਮੁਹੰਮਦ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਦਾ ਡਿਊਟ ਸੌ ਦਾ ਨੋਟ ਕਹਿਣਾ ਬੀਬੀ ਰਣਜੀਤ ਕੌਰ ਜੀ ਕੀ ਕਹਿੰਦੇ ਆ ਤੇ ਮੁਹੰਮਦ ਸਦੀਕ ਸਾਹਿਬ ਕੀ ਕਹਿੰਦੇ ਆ ਥੋੜਾ ਗੁੱਚੀ ਬੋਲੀ ਬਾ ਜਿਹੜੀ ਵਿੱਚ ਆਵੇ ਤੈਨੂੰ ਓਏ ਛੜ ਗਿਆ ਸੀ ਤੇਰੇ ਘਰ ਦਾ ਪੜ ਕੇ ਮੋਰੀ ਵੇ ਹੈ ਸੌਤਾ ਪੱਤਾ ਲੈਣ ਲਈ ਅੱਜ ਮੱਲੋ ਜਾਰੀ ਵੇ ਹੈ ਖਾਲੀ ਕਾ ਤੂੰ ਆ ਗਿਆ ਪੀਪਾ ਦੱਸ ਦੇ ਮੈਨੂੰ ਵੇ ਹੈ ਖਾਲੀ ਕਾ ਤੂੰ ਆ ਗਿਆ ਪੀਪਾ ਦੱਸ ਦੇ ਮੈਨੂੰ ਵੇ ਹੈ ਸੌ ਦਾ ਨੋਟ ਸੀ ਜਾਣ ਲੱਗੇ ਨੂੰ ਦਿੱਤਾ ਤੈਨੂੰ ਹੋ ਕੀ ਦੱਸਾਂ ਹੱਡ ਬੀਤੀ ਹੈ ਕੀ ਦੱਸਾਂ ਹੱਡ ਬੀਤੀ ਉਲਟਾ ਕਰੀਆ ਪੈ ਗਿਆ ਨੀ ਹੁਣ ਮੈਂ ਤਾਂ ਆਪਣਾ ਚੁੱਗਾ ਚੌੜ ਕੇ ਰਹਿ ਕੇ ਬਹਿ ਗਿਆ ਨੀ ਹੋ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹੈ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹੈ ਦਹੀਂ ਭਲੇ ਖੇ ਪਵੀ ਜੀ ਫੁੱਟ ਨਰਵੇਂ ਦੇ ਖਾ ਬੈਠਾ ਮੇਰਾ ਨਾਮ ਬਾਈ ਸੁੱਖ ਲੱਡਾ ਮੇਰੀ ਆਈਡੀ ਆ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਤੇ ਯਾਰ ਪਤਾ ਨੀ ਆਵੇ ਮਲਾਈ ਮਲੂਈ ਵਾਹਵਾ ਹੀ ਆਈ ਆ ਜਗਾੜ ਜਿਹਾ ਵਧੀਆ ਡਾਇਟ ਖਵਾਉਣ ਡਿਆ ਚੱਕੀ ਮਤਲਬ ਚੱਕੀ ਨਾਲ ਮੈਚ ਖੇਡਿਆ ਕਰੋ ਸਾਰਿਆਂ ਨੂੰ ਕਿੰਨਾ ਟਾਈਮ ਹੋ ਗਿਆ ਵਿੱਚ ਸਾਨੂੰ 11:20 ਹੋ ਗਏ ਆ ਆਪਾਂ ਸਵੇਰੇ ਤੜਕੇ ਨਾ ਮਤਲਬ ਕਿ 6 ਵਜੇ ਨਾਲ ਆਪਣੇ ਘਰ ਆਵਾਂਗੇ ਇੰਨਾ ਕੁ ਸਫ਼ਰ ਪੈਂਦਾ ਸਾਨੂੰ ਇੱਧਰ ਖੇਡਣ ਨੂੰ ਤਾਂ ਹੀ ਉਹ ਮਤਲਬ ਜਿਹੜੇ ਆਪਣੇ ਮਾਲਵੇ ਦੇ ਫੈਨ ਆ ਨਾ ਉਹ ਗੁੱਸੇ ਨਾ ਹੋਇਆ ਕਰੋ ਵੀ ਸਫ਼ਰ ਬੜਾ ਸਾਨੂੰ ਥੋੜ੍ਹਾ ਪੈਂਦਾ ਵਾ ਚਲੋ ਅਸੀਂ ਕਿਤੇ ਕਿਤੇ ਦਿਲ ਕੱਢ ਕੇ ਆ ਜਾਈਦਾ ਓਕੇ ਬਾਏ ਲਵ ਯੂ ਅਤੇ ਸਾਰੇ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਅਤੇ ਸ਼ੇਅਰ ਕਰ ਦਿਓ ਓਕੇ ਬਾਏ